ਸਤਿ ਸ਼੍ਰੀ ਅਕਾਲ ਦੋਸਤੋ, ਇਹ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਉਹ ਆਰ ਐਕਸ ਦੀ ਡਿਸਕ ਬ੍ਰੇਕ ਦੇ ਉੱਤੇ ਬਣ ਰਹੀ ਹੈ ਕਿ ਆਪਾਂ ਜਾਮਾ ਜੈਨੂਨ ਹੀ ਡਿਸਕ ਬ੍ਰੇਕ ਲਾਈ ਦੀ ਹੈ ਜਾਮੇ ਨੂੰ, ਆਰ ਐਕਸ 135 ਜਾਂ 100 ਹੋਵੇ, ਕੋਈ ਵੀ ਹੋਵੇ, 5 ਸਪੀਡ ਜਾਂ ਜੈੱਡ ਹੋਵੇ। ਅਤੇ ਇਹ ਮੰਡਪ ਕੰਪਨੀ ਦੇ ਓਰੀਜਨਲ ਰਿਮ ਹੈ ਜਾਮਾ ਦੇ, ਅਤੇ ਇਹ ਦੇਖ ਸਕਦੇ ਹੋ ਜਾਮਾ ਦੀ ਪੈਕਿੰਗ 'ਚ ਆਉਂਦੇ ਆ, ਠੀਕ ਹੈ, ਅਤੇ ਦੇਖ ਸਕਦੇ ਹੋ। ਅਤੇ ਇਹ ਬ੍ਰੇਕ ਕੈਲਪਰ ਆ ਜਾਮਾ ਦਾ, ਵਾਈਬਰੇ ਕੰਪਨੀ ਦਾ, ਜਾਮਾ ਦੀ ਪੈਕਿੰਗ ਦੇ ਵਿੱਚ ਹੈ, ਦੇਖ ਸਕਦੇ ਹੋ। ਅਤੇ ਇਹ ਹੈ ਮਾਸਟਰ ਸਿਲੰਡਰ MC ਜਿਹਨੂੰ ਕਹਿੰਦੇ, ਇਹ ਵੀ ਜਾਮਾ ਦੀ ਪੈਕਿੰਗ 'ਚ ਹੈ, ਇਹ ਵੀ ਵਾਈਬਰੇ ਕੰਪਨੀ ਦਾ ਹੀ ਹੈ। ਅਤੇ ਆਹ ਡਿਸਕ ਬ੍ਰੇਕ ਦਾ ਲੀਵਰ ਹੈ, ਇਹ ਡਿਸਕ ਪਲੇਟ ਹੈ। ਅਤੇ ਜਿਹੜੀ ਇਹ ਪਹਿਲਾਂ KVX ਕੰਪਨੀ ਦੀ ਆਉਂਦੀ ਸੀ ਜਾਮਾ 'ਚ, ਹੁਣ ਇਹ ਵਾਈਬਰੇ ਕੰਪਨੀ ਦੀ ਆਉਣ ਲੱਗ ਗਈ। ਅਤੇ ਇਹ ਡਿਸਕ ਹੱਬ ਆ, ਇਹ ਆਪਾਂ ਪੁਰਾਣੀ ਯੂਜ਼ ਕਰ ਰਹੇ ਹਾਂ, ਠੀਕ ਹੈ ਜੀ। ਅਤੇ ਇਹ ਸਪੀਡੋ ਵਰਮ ਦੀਆਂ ਪੱਤੀਆਂ ਨੇ ਦੋਨੇ, ਇਹ ਸਪੀਡੋ ਵਰਮ ਦੀਆਂ ਪੱਤੀਆਂ ਨੇ, ਡਸਟ ਸੀਲ ਆ ਸਪੀਡੋ ਵਰਮ ਸੈੱਟ ਦੀ, ਵਿੱਚ ਡਸਟ ਨਾ ਜਾਵੇ ਜਾਂ ਪਾਣੀ ਨਾ ਜਾਵੇ, ਉਹ ਚੀਜ਼ ਹੈ। ਅਤੇ ਇਹ ਦੋਨੇ ਬੈਰਿੰਗਾਂ ਦੇ ਗੱਬੇ, ਜਿਹੜਾ ਅੰਦਰ ਸਪੇਸਰ ਪੈਂਦਾ ਹੱਬ ਦੇ ਵਿੱਚ, ਉਹ ਹੈ। ਅਤੇ ਇਹ ਬੈਰਿੰਗ ਨੇ NSK ਦੇ, ਠੀਕ ਹੈ, ਅਤੇ ਇਹ NSK ਦੇ ਬੈਰਿੰਗ ਨੇ, 1602 ਨੰਬਰ ਬੈਰਿੰਗ ਹੁੰਦਾ ਇਹ। ਅਤੇ ਡਿਸਕ ਪਲੇਟ ਵਾਲੀ ਸਾਈਡ ਇਹ ਸੀਲ ਪੈਂਦੀ ਇੱਕ, ਅਤੇ ਇੱਕ ਬੁਸ਼ ਪੈਂਦਾ। ਅਤੇ ਇਹ ਐਕਸਲ ਹੈ ਇਹਦਾ, ਅਤੇ ਇਹ ਇਹਦਾ ਐਕਸਲ ਦਾ ਨਟ ਹੈ। ਅਤੇ ਇਹ ਹੈਂਡਲ T ਦੇ ਬੈਰਿੰਗ ਨੇ, ਪਹਿਲਾਂ ਵੀ ਚਲੋ ਦਿਖਾਏ ਹੋਏ ਨੇ ਵੀਡੀਓ 'ਚ ਆਪਾਂ। ਇਹ ਬ੍ਰੇਕ ਕੈਲਪਰ ਦੇ ਨਟ ਨੇ, ਠੀਕ ਹੈ ਜੀ। ਇਹ ਸ਼ੋਕਰ ਦੀਆਂ ਸੀਲਾਂ ਨੇ, ਅਤੇ ਇਹ ਡਸਟ ਸੀਲਾਂ ਨੇ ਸ਼ੋਕਰ ਦੀਆਂ। ਅਤੇ ਇਹ ਬੈਂਜੋ ਬੋਲਟ ਨੇ, ਠੀਕ ਹੈ ਜੀ, ਇਹ ਬੈਂਜੋ ਬੋਲਟ ਨੇ। ਇਹ ਬ੍ਰੇਕ ਹੋਸ ਹੈ ਇਹਦੀ, ਬ੍ਰੇਕ ਪਾਈਪ, ਬ੍ਰੇਕ ਲਾਈਨ ਜਿਹਨੂੰ ਕਹਿੰਦੇ ਆ, ਉਹ ਹੈ। ਅਤੇ ਇਹ ਸਪੀਡੋਮੀਟਰ ਦੀ ਵਾਇਰ ਹੈ, ਵਰਮ ਸੈ, ਇਹ ਸਪੀਡੋ ਵਰਮ ਸੈੱਟ ਹੈ। ਅਤੇ ਇਹ ਸ਼ੋਕਰ ਨੇ ਦੋਨੇ, ਅਤੇ ਇਹ ਗਲੈਡੀਏਟਰ ਦਾ ਪੂਰਾ ਸੈੱਟ ਆ। ਅਤੇ ਜਿਹੜੇ ਆਪਾਂ ਸ਼ੋਕਰ ਆਇਲ ਯੂਜ਼ ਕਰਦੇ ਹਾਂ, ਇਸੇ ਕੰਪਨੀ ਦਾ ਯੂਜ਼ ਕਰਦੇ ਹਾਂ ਮੋਟਰ ਦਾ, ਮਤਲਬ ਕਿ ਇਹਦੇ ਨਾਲ ਸ਼ੋਕਰ ਲੀਕੇਜ ਦੀ ਪ੍ਰੋਬਲਮ ਬਹੁਤ ਘੱਟ ਜਾਂਦੀ ਹੈ, ਮਤਲਬ ਕਿ ਬਹੁਤ ਘੱਟ ਸ਼ੋਕਰ ਲੀਕ ਕਰਦੇ ਆ। ਅਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਮੇਰਾ ਚੈਨਲ ਰਿੰਕੂ ਜਾਮਾ ਕਿੰਗ ਜ਼ਰੂਰ ਸਬਸਕ੍ਰਾਈਬ ਕਰਿਓ। ਅਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।